ਆਮ ਆਦਮੀ ਪਾਰਟੀ ਦੇ ਪੰਜਾਬ ਦੇ ਦੋ ਵਿਧਾਇਕਾਂ ਨੂੰ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਹੀ ਭਾਰਤ ਵਾਪਸ ਭੇਜ ਦਿੱਤਾ ਗਿਆ। ਜਾਣਕਾਰੀ ਦੇ ਮੁਤਾਬਕ ਅਮਰਜੀਤ ਸਿੰਘ ਸੰਦੋਆ ਤੇ ਰੂਪਨਗਰ ਦੀ ਅਦਾਲਤ ਵੱਲੋਂ ਔਰਤ ਨਾਲ ਛੇੜਛਾੜ ਮਾਮਲੇ 'ਚ ਤਹਿਤ ਦੋਸ਼ਾਂ ਨੂੰ ਆਧਾਰ ਬਣਾ ਕੇ ਕੈਨੇਡਾਈ ਅਧਿਕਾਰੀਆਂ ਨੇ ਦੋਵਾਂ ਨੂੰ ਡਿਪੋਰਟ ਕਰ ਦਿੱਤਾ। ਪਰ ਦੋਵੇਂ ਵਿਧਾਇਕਾਂ ਵੱਲੋਂ ਭਾਰਤ ਵਾਪਸ ਆਉਣ ਤੋਂ ਬਾਅਦ ਦਿੱਤੇ ਬਿਆਨਾਂ ਤੋਂ ਕੁਝ ਹੋਰ ਹੀ ਮਾਮਲਾ ਬਣਦਾ ਜਾ ਰਿਹਾ। ਸੰਧਵਾ ਦੇ ਮੁਤਾਬਕ ਉਹ ਆਪਣੀ ਓਟਾਵਾ 'ਚ ਰਹਿੰਦੀ ਭੈਣ ਨੂੰ ਮਿਲਣ ਗਏ ਸੀ। ਉਧਰ ਅਮਰਜੀਤ ਸੰਦੋਆ ਦੇ ਨਾਲ ਜਦੋਂ ਸਾਡੇ ਸਹਿਯੋਗੀ ਸੁਖਵਿੰਦਰ ਸਿੰਘ ਨੇ ਗੱਲਬਾਤ ਕੀਤੀ ਤਾਂ ਸੰਦੋਆ ਪੁੱਛੇ ਗਏ ਸਵਾਲਾਂ ਤੇ ਭਖਦੇ ਨਜ਼ਰ ਆਏ। ਸਰ ਡਿਪੋਰਟ ਹੋਏ ਨੀ ਹੈਗੇ, ਕੋਈ ਗੱਲ ਨੀ ਹੋਈ ਹੈ ਸਰ, ਉੱਥੇ ਤਾਂ ਆਹ ਗੱਲ ਹੋਈ ਹੈ ਕਿ ਤੁਸੀਂ ਜਿਹੜੀ ਪੂਰਾ ਸਾਨੂੰ ਬਾਇਓਡਾਟਾ ਦੱਸੋ ਵੀ ਕਿੱਥੇ ਕਿੱਥੇ ਤੁਸੀਂ ਰੁਕਣਾ, ਕਿੱਥੇ ਕਿੱਥੇ ਜਾਣਾ ਹੈ। ਠੀਕ ਹੈ, ਸਾਡੇ ਕੋਲ ਦੋ ਤਿੰਨ ਪ੍ਰੋਗਰਾਮ ਤੇ ਅਸੀਂ 20 ਦਿਨ ਸਾਡਾ ਪ੍ਰੋਗਰਾਮ ਹੈ ਕਿ ਇੱਥੇ ਅਸੀਂ ਆਪਣੇ ਯਾਰਾਂ ਦੋਸਤਾਂ ਨੂੰ ਮਿਲਣਾ ਹੈਗਾ। ਠੀਕ ਹੈ ਜੀ, ਉਹ ਕੋਂਬੀਨੇਸ਼ਨ ਦੀ ਜਬ ਆ ਗਈ ਹੈ, ਉਹ ਕਹਿੰਦੇ ਅਸੀਂ ਤੁਹਾਨੂੰ ਤੁਸੀਂ ਨੈਕਸਟ ਟਾਈਮ ਆਓ, 10 ਦਿਨ ਬਾਅਦ ਆ ਜਾਓ, 15 ਦਿਨ ਬਾਅਦ ਆ ਜਾਓ, ਪੂਰਾ ਆਪਣਾ ਪ੍ਰੋਗਰਾਮ ਬਣਾ ਕੇ ਆ ਜਾਓ ਵੀ ਅਸੀਂ ਇੱਥੇ ਇੱਥੇ ਇਸ ਬੰਦੇ ਨੂੰ ਮਿਲਣਾ, ਇੱਥੇ ਇਸ ਬੰਦੇ ਨੂੰ, ਤੁਸੀਂ MLA ਹੋ, ਠੀਕ ਹੈ ਜੀ, ਫੇਸਬੁੱਕ ਉੱਤੇ ਤੁਹਾਡੇ ਕੋਈ ਬੈਂਸ ਕਰਕੇ ਨੇ, ਅਮਨਦੀਪ ਸਿੰਘ ਬੈਂਸ ਸ਼ਾਇਦ ਲੁਧਿਆਣਾ ਤੋਂ, ਵੀ ਤੁਹਾਡੇ ਉੱਤੇ ਬਦਫੈਲੀ ਦੇ ਇਲਜ਼ਾਮ ਲੱਗੇ ਸੀ ਦਿੱਲੀ। ਸਰ ਮੇਰੀ ਗੱਲ ਸੁਣੋ, ਮੇਰੇ ਤੇ ਕੋਈ ਬਾਲ ਸਲੂਕੀ ਦਾ ਬਾਲ ਫੈਲੀ ਦਾ ਪਰਚਾ ਨਹੀਂ ਹੈਗਾ। ਠੀਕ ਹੈ ਜੀ, ਬਹੁਤ ਐਲੀਗੇਸ਼ਨ ਆ ਰਹੇ ਹੁੰਦੇ ਆ। ਇੱਕ ਮੇਰੇ ਤੇ ਪਰਚਾ ਹੈਗਾ, ਇੱਕ ਲੇਡੀ ਨੇ ਸਾਡੇ ਘਰੇ ਅਸੀਂ ਕੋਠੀ ਲਈ ਸੀ ਇਲੈਕਸ਼ਨ ਕਿਰਾਏ ਵਾਸਤੇ, ਉਹ ਕਿਰਾਇਆ ਲੈਣ ਆਈ ਸੀ। ਮੇਰੀ ਬੱਚੇ, ਮੇਰੀ ਮਾਂ ਵੀ, ਮੇਰੀ ਘਰ ਵਾਲੀ, ਮੇਰੇ ਦੋਨੋਂ ਬੇਟੇ ਉੱਥੇ ਸੀ, ਮੇਰੇ ਗਨਮੈਨ ਉੱਥੇ ਸੀ। ਉਹਨਾਂ ਨਾਲ ਅਸੀਂ ਕਿਹਾ ਵੀ ਆਪਣਾ ਦੱਸੋ ਬੇਟਾ ਕਿੰਨਾ ਕਿਰਾਇਆ ਹੈਗਾ। ਕੋਈ ਗੱਲ ਨੀ, ਉਹ ਆ ਗਿਆ ਮੇਰੇ ਤੇ ਪਰਚਾ ਕਰਾਤਾ, ਮੈਨੂੰ 4 ਘੰਟੇ ਬਾਅਦ ਪਤਾ ਲੱਗਿਆ ਕਿ ਤੁਹਾਡੇ ਤੇ ਪ੍ਰੈਕਟੀਕਲ ਪਰਚਾ ਹੋ ਚੁੱਕਿਆ ਹੈ। ਠੀਕ ਹੈ ਜੀ, ਉਹਦੇ ਤਾਂ ਅਦਾਲਤ 'ਚ ਦੋਸ਼ ਤੈਅ ਹੋ ਗਏ ਨੇ, ਉਹ ਵੱਖਰਾ ਮਾਮਲਾ। ਪਰ ਇੱਕ ਬਦਫੈਲੀ ਦਾ, ਇੱਕ ਸੰਦੋਆ ਸਾਹਿਬ 17 ਸਾਲ ਦੇ ਬੱਚੇ ਨਾਲ ਬਦਫੈਲੀ ਦਾ ਮਾਮਲਾ, ਉਹ ਜ਼ਿਕਰ ਹੋ ਰਿਹਾ ਕੋਈ? ਮੈਂ ਤੁਹਾਨੂੰ ਇੱਕ ਗੱਲ ਕਹਿੰਦਾ ਹੈ, ਆਹ ਪਰਚਾ ਜਦੋਂ ਮੈਂ ਦੇਖਿਆ, ਮੈਂ ਪੰਜਾਬ ਸਰਕਾਰ ਕਿੱਦਾਂ ਧੱਕਾ ਕਰਦੀ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਜਾਂ ਆਪਣੀ ਫੈਮਿਲੀ 'ਚ ਬੈਠਾ ਹੋਗਾ, ਮੇਰੇ ਘਰੇ ਕੋਈ ਉਹਦੇ ਨਾਲ ਜਿਨਸ ਆਇਆ ਹੋਗਾ ਕਿ ਅਸੀਂ ਕਿਰਾਇਆ ਲੈਣਾ ਹੈ, ਮੈਂ ਉਹਨਾਂ ਨੂੰ ਕਿਰਾਇਆ ਦੇਣਾ, ਵੀ ਚੈੱਕ ਲੈ ਲਓ ਆਪਣਾ, ਔਰ ਉੱਠ ਕੇ ਮੇਰੇ ਘਰੋਂ ਚੱਲ ਗਏ, ਜਾ ਪੀ ਗਏ, ਔਰ ਮੇਰੇ ਤੇ ਪਰਚਾ ਹੋ ਗਿਆ, ਔਰ ਮੈਨੂੰ 14 ਘੰਟੇ ਬਾਅਦ ਲੱਗਾ। ਅੱਧਾ ਕਿਲੋਮੀਟਰ ਮੇਰੇ ਤੇ ਪੁਲਿਸ SSP ਦਾ ਦਫ਼ਤਰ ਹੈ, ਅੱਧਾ ਕਿਲੋਮੀਟਰ SHO ਦਾ ਦਫ਼ਤਰ ਹੈ, ਅੱਧਾ ਕਿਲੋਮੀਟਰ DC ਦਾ ਦਫ਼ਤਰ, ਤਾਂ ਮੇਰੇ ਘਰੋਂ ਮੈਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਹੋਗਾ। ਉਹ ਤਾਂ ਠੀਕ ਹੈ ਜੀ, ਉਹ ਵੱਖਰਾ ਮਾਮਲਾ, ਅਸੀਂ ਇੱਕ ਬਦਫੈਲੀ ਦਾ ਕਹਿ ਰਹੇ ਕਿ 17 ਸਾਲ ਦੇ ਬੱਚੇ ਨਾਲ ਬਦਫੈਲੀ ਹੋ ਰਹੀ ਹੈ। ਅਮਨਦੀਪ ਸਿੰਘ ਬੈਂਸ ਨੇ ਕੋਈ ਤੁਹਾਡੇ ਲੁਧਿਆਣੇ ਤੋਂ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਤੁਹਾਡੇ ਸਾਫ਼ ਉਹ ਬਿਆਨ ਵੀ ਦੇ ਰਹੇ ਨੇ, ਉਹ ਆਪ ਉਹਨਾਂ ਨੇ ਲਿਖਿਆ ਸੰਦੋਆ ਸਾਹਿਬ, ਇਲਜ਼ਾਮ ਨੇ ਪਰਚਾ ਨਹੀਂ, ਬਹੁਤ ਜ਼ੋਰ ਲਾਵੇ ਕਾਹਦਾ, ਮੈਨੂੰ ਇਹ ਵੀ ਕਹਿਣਾ ਸੀ ਤੁਹਾਨੂੰ ਕਿਆ ਕਰਤਾ ਇਹਨਾਂ ਮਸਲੂਏ ਨਾਲ, ਬਹੁਤ ਲੋਕ ਇਲਜ਼ਾਮ ਲਾਉਂਦੇ, ਮੈਂ ਲੋਕਾਂ ਦੇ ਇਲਜ਼ਾਮਾਂ ਦਾ ਜਵਾਬ ਨਹੀਂ ਦੇ ਸਕਦਾ। ਠੀਕ ਹੈ, ਲੋਕਾਂ ਨੂੰ ਇਹੀ ਆ ਵੀ MLA ਕਿਉਂ ਬਣ ਗਿਆ ਇਹ, ਇਸ ਮਾਮਲੇ ਦੇ ਉੱਤੇ ਹੋਰ ਵੀ ਬਹੁਤ ਕੁਛ ਹੋਣ ਵਾਲਾ। ਤੁਸੀਂ ਕੈਨੇਡਾ ਬਾਰੇ ਹੋਰ ਕੀ ਕਹਿਣਾ ਚਾਹੁੰਦੇ ਹੋ ਕਿ ਅਗਾਂਹ ਕੀ ਹੋਏਗਾ ਹੁਣ? ਨਹੀਂ, ਮੈਂ ਜਾਊਂਗਾ ਅਗਲੇ ਤਾਂ ਕੋਈ ਗੱਲ ਨੀ ਸਰ, ਉਹਨਾਂ ਨੇ ਅਸੀਂ ਪੂਰੀ ਇਹਨਾਂ ਨੂੰ ਦੱਸਾਂਗੇ ਵੀ ਇੱਥੇ ਰੁਕਣਾ ਹੈ, ਅਸੀਂ ਘਰ ਤੇ ਰੁਕਣਾ ਸੀ, ਥੋੜਾ ਜਿਹਾ ਮੈਨੂੰ ਨੀ ਫਤਿਹ ਬਣਿਆ ਸੀ ਜਿਹੜੀ। ਠੀਕ ਹੈ, ਹੋਰ ਕੋਈ ਗੱਲ ਨੀ, ਇਸ ਤਰ੍ਹਾਂ ਨੀ ਹੈਗੀ ਹੈ।
ਦੋਵੇਂ ਵਿਧਾਇਕਾਂ ਨੂੰ ਡਿਪੋਰਟ ਕਰਨ ਦੇ ਮਾਮਲੇ ਤੇ ਹੁਣ ਸਿਆਸਤ ਗਰਮਾ ਚੁੱਕੀ ਹੈ। ਦਿੱਲੀ ਤੋਂ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦਿਆ ਦੋਸ਼ ਲਗਾਇਆ ਕਿ ਕੈਨੇਡਾਈ ਅਧਿਕਾਰੀਆਂ ਨੇ ਵੀ ਸੰਦੋਆ ਤੇ ਲੱਗੇ ਔਰਤ ਨਾਲ ਛੇੜਛਾੜ ਦੇ ਇਲਜ਼ਾਮਾਂ ਨੂੰ ਗੰਭੀਰਤਾ ਦੇ ਨਾਲ ਲਿਆ। ਉਧਰ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਸ ਪੂਰੇ ਮਾਮਲੇ ਤੇ ਟਿੱਪਣੀ ਕਰਦਿਆਂ ਆਮ ਆਦਮੀ ਪਾਰਟੀ ਨੂੰ ਖੋਟਾ ਸਿੱਕਾ ਕਰਾਰ ਦਿੱਤਾ। ਤਾਂ ਗੱਲ ਇਹ ਹੈ, ਖੋਟਾ ਪੈਸਾ ਤਾਂ ਖੋਟਾ ਪੈਸਾ, ਇੱਥੇ ਵੀ ਖੋਟਾ ਉੱਥੇ ਵੀ ਖੋਟਾ। ਆਮ ਆਦਮੀ ਪਾਰਟੀ ਦੇ ਆਪਸੀ ਕਾਟੋਲ ਇਸ ਨੂੰ ਕਿਸ ਤਰ੍ਹਾਂ ਜੱਜ ਕਰਦਾ ਹੈ? ਪਾਰਟੀ ਹੈ ਨਹੀਂ ਯਾਰ, ਆਮ ਪਾਰਟੀ ਆਮ ਕਿਹੜੀ? ਆਮ ਤਾਂ ਤੁਸੀਂ ਬੈਠੇ ਹੋ, ਮੈਂ ਬੈਠਾ, ਸਾਰੇ ਆਮ ਬੈਠੇ ਹਾਂ। ਉਹਦਾ ਲੈਫਟੀਨੈਂਟ ਸਾਰੇ ਪੈਦਾ ਹੋਏ ਸੀ, ਹਵਾ ਚ ਆਏ ਸੀ, ਹਵਾ ਚਲੇ ਗਏ। ਦੱਸਣਾ ਬਣਦਾ ਹੈ ਕਿ ਸਾਬਕਾ ਆਮ ਆਦਮੀ ਪਾਰਟੀ ਦੇ ਆਗੂ ਅਮਨਦੀਪ ਸਿੰਘ ਬੈਂਸ ਨੇ ਵਿਧਾਇਕ ਅਮਰਜੀਤ ਸੰਦੋਆ ਦੇ ਕੈਨੇਡਾ ਟੂਰ ਬਾਰੇ ਕੈਨੇਡੀਅਨ ਅਥਾਰਟੀ ਨੂੰ ਇੱਕ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਕੈਨੇਡੀਅਨ ਅਧਿਕਾਰੀਆਂ ਨੇ ਦੋਵਾਂ ਵਿਧਾਇਕਾਂ ਨੂੰ ਵਾਪਸ ਭੇਜ ਦਿੱਤਾ। ਇਹ ਦਾਅਵਾ ਖੁਦ ਅਮਨਦੀਪ ਸਿੰਘ ਬੈਂਸ ਨੇ ਮੀਡੀਆ ਵਿੱਚ ਆ ਕੇ ਕੀਤਾ। ਇੱਥੇ ਇਹ ਵੀ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਅਤੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਓਟਾਵਾ ਹਵਾਈ ਅੱਡੇ ਤੇ ਪਹੁੰਚੇ ਸਨ। ਦੋਵਾਂ ਨੂੰ ਕੈਨੇਡਾ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਹਵਾਈ ਅੱਡੇ ਤੋਂ ਵਾਪਸ ਭਾਰਤ ਭੇਜ ਦਿੱਤਾ। ਬਿਊਰੋ ਰਿਪੋਰਟ, D5 ਚੈਨਲ ਪੰਜਾਬੀ। ਕੀ ਤੁਹਾਨੂੰ ਨਜ਼ਰ ਦੀ ਲੱਗੀ ਹੋਈ ਹੈ ਐਨਕ? ਕੀ ਤੁਹਾਡੀ ਐਨਕ ਦਾ ਨੰਬਰ ਵਾਰ ਵਾਰ ਵੱਧ ਰਿਹਾ? ਕਾਲਾ ਮੋਤੀਆ, ਅੱਖਾਂ ਦੇ ਪਰਦੇ ਖਰਾਬ ਜਾਂ ਅੱਖਾਂ ਦੇ ਆਪਰੇਸ਼ਨ ਤੋਂ ਬਾਅਦ ਵੀ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਦਿਨੋ ਦਿਨ ਘਟਦੀ ਜਾ ਰਹੀ ਹੈ, ਤਾਂ ਪੂਰੀ ਦੁਨੀਆ ਦੇ ਵਿੱਚ ਬਿਨਾਂ ਆਪਰੇਸ਼ਨ ਅੱਖਾਂ ਦੀ ਜੋਤ ਵਧਾਉਣ ਦੇ ਲਈ ਇੱਕੋ ਇੱਕ ਭਰੋਸੇਮੰਦ ਨਾਮ ਯਾਦ ਰੱਖੋ, ਨੈਚੁਰਲ ਵਿਜ਼ਨ ਸੈਂਟਰ ਪਟਿਆਲਾ। BAMS ਡਾਕਟਰ ਸਹਿਪਾਨਾ ਦੀ ਦੇਖ ਰੇਖ ਹੇਠ ਹੁਣ 100% ਆਯੁਰਵੇਦਿਕ ਦਵਾਈਆਂ ਦੀ ਵਰਤੋਂ ਨਾਲ ਤੁਸੀਂ ਪਾ ਸਕਦੇ ਹੋ ਐਨਕ ਤੋਂ ਛੁਟਕਾਰਾ। ਕੰਡੀਸ਼ਨ ਅਪਲਾਈ। ਜ਼ਰੂਰੀ ਸੂਚਨਾ: ਸੁਤੰਤਰਤਾ ਸੈਲਾਨੀਆਂ ਦੇ ਪਰਿਵਾਰਾਂ, ਫੌਜ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਤੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਦਾ ਸਾਡੇ ਸੈਂਟਰ ਵੱਲੋਂ 100% ਮੁਫ਼ਤ ਇਲਾਜ ਕੀਤਾ ਜਾਂਦਾ ਹੈ।